ਉਧਰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਜੀਤ ਸਿੰਘ ਚਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਪੈਸ਼ਲ ਜੱਜ ਸੀਬੀਆਈ ਪੰਜਾਬ ਐਸਐਸ ਮਾਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਵਿੱਚ ਈਡੀ ਨੂੰ ਚਾਹਲ ਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ। ਹਾਰਡ ਡਰੱਗਸ ਦਾ ਧੰਦਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਗਜੀਤ ਸਿੰਘ ਭੋਲਾ ਮਾਮਲੇ ਦੀ ਮੁਹਾਲੀ ਵਿੱਚ ਸੁਣਵਾਈ ਤੋਂ ਬਾਅਦ ਇਸ ਕੇਸ ਵਿੱਚ ਨਾਮਜ਼ਦ ਜਗਜੀਤ ਸਿੰਘ ਚਾਹਲ ਨੂੰ ਈਡੀ ਵੱਲੋਂ ਬੀਤੇ ਦਿਨੀ ਅਦਾਲਤ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ईडी के अधिकारी ने इस गल की पुष्टि की थी कि जगजीत चाल नू 7 बार समन भेजे गए ने, पर ਉਹ ਪੇਸ਼ ਲਈ ਬੀਤੇ ਦਿਨੀ ਜਦੋਂ ਚਾਹਲ ਕਿਸੇ ਹੋਰ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਵਿੱਚ ਪੇਸ਼ੀ ਪੁੱਤ ਕੇ ਬਾਹਰ ਆ ਰਿਹਾ ਸੀ ਤਾਂ ਜਲੰਧਰ ਤੋਂ ਗਈ ਈਡੀ ਦੀ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਰੈਸਟ ਕੀਤਾ ਗਿਆ ਸੀ ਮੁਹਾਲੀ ਤੋਂ। ਹੀ ਵਾਸ ਨਾਟ ਕੋਪਰੇਟਿੰਗ ਇਨ ਦੀ ਇਨਵੈਸਟੀਗੇਸ਼ਨ। ਸਮਨ ਕੀਤਾ ਗਿਆ ਸੀ, ਉਸ ਨੂੰ ਤਿਆਰ ਹੀ ਰਿਹਾ ਸੀ। ਅਸੀਂ ਅਰੈਸਟ ਕੀਤਾ ਸੀ, ਕੋਰਟ 'ਚ ਐਪਲੀਕੇਸ਼ਨ ਮੂਵ ਕੀਤੀ ਸੀ ਰਿਮਾਂਡ ਵਾਸਤੇ, 7 ਡੇਜ਼ ਰਿਮਾਂਡ। ਕੋਰਟ ਨੇ ਸਾਨੂੰ ਫਰਨ ਤੱਕ ਦੀ ਰਿਮਾਂਡ ਦਿੱਤੀ। ਕਿੰਨੇ ਸਮਨ ਭੇਜੇ ਗਏ ਸੀ ਇਹਨੂੰ? 7 ਸਮਨ ਭੇਜੇ ਗਏ ਸੀ 2016 ਜੁਲਾਈ ਤੋਂ ਲੈ ਕੇ ਅਤੇ ਮਾਰਚ 2017 ਤੱਕ।